غير مختصر ما يعرض كرا وقف وقف منتر ایجاد کیتے گئے اور انہاں منتراں نوں بول بول کے جپ جپ کے بولنا بار بار رپیٹ کرنا دوہرانا سدھ کیتا گیا تے تجربے دے طور تے او منتر ازمائے گئے تے جدوں کم کرن لگ پئے تو خاص کر کے جس نے سدھ کیتا ہوندا سی تے اس دا منتر چلدا سی تو انہوں کہندے سن اے منتری ہے، پنجابی وچ کہندے سن ماندری ہے، ਕੁਛ ਕਿਹਾ ਜਾਂਦਾ ਸੀ ਸਿਆਣੇ ਨੇ ਇਹ ਸਿਆਣਾ ਹੈ। ਆਪਦੀ ਗਿਆਤ ਲਈ ਅਰਜ਼ ਕਰਾਂ ਇਹ ਮੰਤਰੀ ਅੱਜ ਵੀ ਮੌਜੂਦ ਨੇ, ਸੱਪਾਂ ਦੇ ਮਾਂਦਰੀ, ਠੂਏਆਂ ਦੇ ਮਾਂਦਰੀ, ਦਾੜ ਦਰਦ ਹੋ ਰਹੀ ਹੈ, ਮਾਂਦਰੀ ਮੌਜੂਦ ਨੇ ਅੱਜ ਵੀ। ਪਰ ਮੈਂ ਅਫਗਾਨਿਸਤਾਨ ਵਿੱਚ ਵੀ ਦੇਖਿਆ ਇਸ ਤਰ੍ਹਾਂ ਹੀ ਉਪਚਾਰ ਆਉਂਦਾ ਅੱਜ ਵੀ। ਠੂਏ ਬਹੁਤ ਨੇ ਅਫਗਾਨਿਸਤਾਨ ਵਿੱਚ, ਕੱਚੇ ਮਕਾਨ ਨੇ ਸਾਰੇ ਅਫਗਾਨਿਸਤਾਨ ਦੇ ਸਿਵਾਏ ਕਾਬੁਲ ਨੂੰ ਛੋੜ ਕੇ। ਉਹਨਾਂ ਮਕਾਨਾਂ 'ਚ ਅਕਸਰ ਇਹ ਠੂਏ ਬਹੁਤ ਹੁੰਦੇ ਨੇ ਔਰ ਬੜੇ ਵੱਡੇ ਵੱਡੇ ਠੂਏ ਬਿੱਛੂ ਜਿਹਨੂੰ ਡੰਗ ਮਾਰ ਜਾਣ, ਤਿੰਨ ਤਿੰਨ ਦਿਨ ਬੰਦਾ ਤੜਪਦਾ ਰਹਿੰਦਾ ਹੈ। ਇਸ ਦਾ ਉਪਚਾਰ ਮੈਂ ਦੇਖਿਆ ਅੱਜ ਵੀ ਉੱਥੇ ਮੰਤਰਾਂ ਦੇ ਰਾਹੀਂ ਅਫਗਾਨੀ ਲੋਕ, ਪਠਾਨ ਲੋਕ ਉਹ ਮੰਤਰਾਂ ਦੇ ਰਾਹੀਂ ਉਪਚਾਰ ਕਰਦੇ ਨੇ। ਕੁਝ ਕੁਰਾਨ ਦੀਆਂ ਆਇਤਾਂ, ਕੁਝ ਹੋਰ ਇਸ ਤਰ੍ਹਾਂ ਦੇ ਮੰਤਰ ਉਹਨਾਂ ਨੇ ਬੋਲ ਬੋਲ ਕੇ ਸਿੱਧ ਕੀਤੇ ਉਹਨੇ ਜਪ ਜਪ ਕੇ। ਔਰ ਜਦ ਕਿਸੇ ਦੇ ਘਰ ਐਸੀ ਤਕਲੀਫ ਹੋਵੇ ਤਾਂ ਮਾਂਦਰੀ ਨੂੰ ਬੁਲਾਉਂਦੇ ਨੇ, ਮੰਤਰੀ ਨੂੰ ਬੁਲਾਉਂਦੇ ਨੇ। ਮੈਨੂੰ ਆਪਣੀ ਘਟਨਾ ਯਾਦ ਆ ਰਹੀ ਹੈ ਜੰਮੂ ਦੀ। 10 ਸਾਲ ਦੇ ਸਾਲ ਜਾਂਦਾ ਹੁੰਦਾ ਸੀ 6ਵੇਂ ਪਾਤਸ਼ਾਹ ਦੇ ਪੁਰਬ ਤੇ, ਪਰ ਜਿਸ ਦਿਨ ਦੀ ਕੋਈ ਸਰੀਰਕ ਤਕਲੀਫ ਜ਼ਿਆਦਾ ਹੋ ਗਈ ਤਾਂ ਗਰਮੀਆਂ ਸਹਾਰਨੀਆਂ ਔਖੀਆਂ ਹੋ ਗਈਆਂ। ਜੰਮੂ ਦੀ ਗਰਮੀ ਬਹੁਤ ਭਿਅੰਕਰ ਗਰਮੀ, ਕਸ਼ਮੀਰ ਠੰਡਾ ਹੈ, ਜੰਮੂ ਗਰਮ ਹੈ ਬਹੁਤ। ਉੱਥੇ ਮੇਰੀ ਦਾੜ ਦੁਖਣ ਲੱਗ ਪਈ ਤੇ 6ਵੇਂ ਪਾਤਸ਼ਾਹ ਦਾ ਪੁਰਬ ਨੇੜੇ 2 ਦਿਨ ਬਾਅਦ, ਦਿਨ ਭਰ ਦਾੜ ਦੁਖਦੀ ਰਹੀ। ਥੱਲੇ ਗੁਰਦੁਆਰੇ ਦੀ ਮਾਰਕੀਟ ਬਣੀ ਹੋਈ ਹੈ, ਦੁਕਾਨਾਂ ਨੇ, ਉੱਥੇ ਨਵੀਆਂ ਜੁੱਤੀਆਂ ਬਣਾਉਣ ਵਾਲਾ ਇੱਕ ਮੋਚੀ ਹੈ ਔਰ ਮੰਤਰਾਂ ਦੇ ਰਾਹੀਂ ਇਲਾਜ ਵੀ ਕਰਦਾ ਸੀ। ਮੈਂ ਦੇਖਦਾ ਹੁੰਦਾ ਸੀ ਕੁਝ ਨਾ ਕੁਝ ਰੋਗੀ ਉਸ ਕੋਲ ਆਉਂਦੇ ਰਹਿੰਦੇ ਸਨ। ਉਹ ਉੱਪਰ ਮੇਰੇ ਕਮਰੇ 'ਚ ਆ ਗਏ ਤੇ ਮੈਨੂੰ ਕਹਿਣ ਲੱਗਾ, ਮਸਕੀਨ ਜੀ ਸੁਣਿਆ ਤੁਹਾਡੀ ਦਾੜ ਦੁਖਦੀ ਹੈ। ਮੈਂ ਕਿਹਾ ਬਹੁਤ ਦੁਖਦੀ ਹੈ, ਹੁਣ ਵੀ ਦੁੱਖ ਰਹੀ ਹੈ। ਮੈਂ ਕਿਹਾ ਹੁਣ ਵੀ ਦੁੱਖ ਰਹੀ ਹੈ। ਮੈਂ ਕਿਹਾ ਡਾਕਟਰ ਕੋਲ ਮੈਂ ਗਿਆ ਸੀ, ਉਹਨੇ ਕਿਹਾ ਕਢਾਣੀ ਪਏਗੀ ਤੇ 2-3 ਦਿਨ ਰੈਸਟ ਕਰਨਾ ਪਏਗਾ ਤੇ ਪ੍ਰਬੰਧਕ ਸਾਰੇ ਪਿੱਛੇ ਪਏ ਨੇ ਵੀ ਗੁਰਪੁਰਬ ਤੋਂ ਬਾਅਦ ਕਢਾਉਣਾ, ਸਾਡਾ ਗੁਰਪੁਰਬ ਲੰਘ ਜਾਣ ਦਿਓ। ਸੰਗਤਾਂ ਆਉਣੀਆਂ ਨੇ, ਮਾਯੂਸ ਹੋਣਗੀਆਂ ਤੇ ਮੇਰੀ ਦਾੜ ਦੁਖਦੀ ਹੈ। ਮਤਲਬ ਮੈਨੂੰ ਕਹਿਣ ਲੱਗਾ ਜੇ ਮੈਂ 5 ਮਿੰਟਾਂ 'ਚ ਠੀਕ ਕਰਦੇ ਹਾਂ ਤੇ। ਮੈਂ ਕਿਹਾ ਮਿੱਤਰਾ ਫਿਰ ਹੋਰ ਕੀ ਚਾਹੀਦਾ ਹੈ, ਕਰ ਦੇ। ਉਹਨੇ ਦਰਵਾਜ਼ੇ ਤੇ ਇੱਕ ਕਿਲਟ ਹੋ ਕੇ ਤੇ ਕੁਛ ਪੜਦਾ ਰਿਹਾ। ਮੈਨੂੰ ਕਹਿਣ ਲੱਗਾ ਆਰਾਮ ਆਇਆ? ਮੈਂ ਕਿਹਾ ਨਹੀਂ।
ਦਰਦ ਹੈ ਉਸੇ ਦਾ ਹੈ। ਉਹਨੇ ਫਿਰ ਇੱਕ ਕਿੱਲ ਹੋਰ ਠੋਕੀ, ਕੁਝ ਹੋਰ ਮੰਤਰ ਪੜਦਾ ਰਿਹਾ ਤੇ ਮੰਤਰ ਪੜਨ ਤੋਂ ਬਾਅਦ ਮੈਨੂੰ ਕਹਿਣ ਲੱਗਾ ਹੁਣ ਤੇ ਬਿਲਕੁਲ ਠੀਕ ਹੋ ਗਿਆ ਹੋਵੇਗਾ। ਨਹੀਂ, ਮੈਂ ਕਿਹਾ ਪਹਿਲੇ ਨਾਲੋਂ ਦਰਦ ਵੱਧ ਗਿਆ, ਪੀੜਾ ਤਾਂ ਮੇਰੀ ਵੱਧ ਗਈ ਹੈ। ਪਤਾ ਉਸਨੇ ਮੈਨੂੰ ਕੀ ਆਖਿਆ, ਮਸਕੀਨ ਜੀ ਤੁਹਾਡੀ ਸ਼ਰਧਾ ਮੇਰੇ ਤੇ ਨਹੀਂ ਵੱਜਦੀ ਪਈ ਤੇ ਮੇਰਾ ਮੰਤਰ ਕੰਮ ਨਹੀਂ ਕਰਦਾ, ਤੁਸੀਂ ਮੇਰੇ ਤੇ ਸ਼ਰਧਾ ਕਰੋ, ਤੁਸੀਂ ਮੇਰੇ ਤੇ ਭਰੋਸਾ ਕਰੋ। ਮੈਂ ਕਿਹਾ ਪੁਰਖਾ ਭਰੋਸਾ ਕਰਨਾ ਇਤਨੀ ਸੌਖੀ ਖੇਡ ਨਹੀਂ ਹੈ, ਖਾਸ ਕਰਕੇ ਤਾਰਕਿਕ ਇਨਸਾਨ ਲਈ। ਅਗਰ ਭਰੋਸਾ ਵੱਜ ਜਾਏ ਤਾਂ ਮੰਤਰਾਂ ਵਿੱਚੋਂ ਸਿਰਮੌਰ ਮੰਤਰ ਹੈ, ਪਰਮਾਤਮਾ ਦਾ ਨਾਮ ਸਾਰੇ ਦੁੱਖਾਂ ਨੂੰ ਦੂਰ ਕਰ ਦਿੰਦਾ ਹੈ। ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ। ਕਲਗੀਧਰ ਪਿਤਾ ਕਹਿੰਦੇ ਨੇ ਹੇ ਪ੍ਰਭੂ ਤੇਰਾ ਨਾਮ ਮੰਤਰਾਂ ਵਿੱਚੋਂ ਸਿਰਮੌਰ ਮੰਤਰ ਹੈ, ਜੰਤਰਾਂ ਵਿੱਚੋਂ ਸਿਰਮੌਰ ਜੰਤਰ ਹੈ, ਔਰ ਐਸਾ ਮੰਤਰ ਹੈ ਸਾਰੇ ਰੋਗਾਂ ਤੇ ਕੰਮ ਕਰਦਾ ਹੈ। ਸਰਵ ਰੋਗ ਕਾ ਔਖਦ ਨਾਮ, ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੇ ਸੱਚ ਬਿਨਾ। ਬਹੁਤ ਉਪਾਅ ਕੀਤੇ ਨੇ, ਰੋਗ ਦੂਰ ਨਹੀਂ ਹੋਏ। ਅਨਕ ਉਪਾਵੀ ਰੋਗ ਨਾ ਜਾਏ, ਰੋਗ ਮਿਟੇ ਹਰ ਔਖਦ ਲਾਏ। ਬੜੀ ਕੀਮਤੀ ਪੰਕਤੀ ਸੁਖਮਨੀ ਸਾਹਿਬ ਦੀ। ਅਨਕ ਉਪਾਵੀ ਰੋਗ ਨਾ ਜਾਏ, ਬਹੁਤੇ ਉਪਾਅ ਤੂੰ ਕੀਤੇ, ਬੜੇ ਡਾਕਟਰ ਬਦਲੇ, ਬੜੇ ਹਕੀਮ ਬਦਲੇ, ਬੜੇ ਵੈਦ ਬਦਲੇ, ਬੜੀਆਂ ਦਵਾਈਆਂ ਬਦਲੀਆਂ, ਸਭ ਕੁਝ ਕੀਤਾ, ਨਹੀਂ ਹੋਇਆ ਤੂੰ ਠੀਕ। ਅਨਕ ਉਪਾਵੀ ਰੋਗ ਨਾ ਜਾਏ, ਰੋਗ ਮਿਟੇ ਹਰ ਔਖਦ ਲਾਏ। ਅਗਰ ਹਰੀ ਨਾਮ ਦੀ ਔਸ਼ਧੀ ਖਾ ਲਵੇ ਰੋਗ ਮਿਟ ਜਾਏਗਾ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾ। ਬਾਕੀ ਜਿਹੜੀਆਂ ਜੜੀ ਬੂਟੀਆਂ ਨੇ, ਦਵਾਈਆਂ ਨੇ, ਯਕੀਨ ਜਾਣੋ ਉਹ ਵੀ ਉਦੋਂ ਹੀ ਕੰਮ ਕਰਦੀਆਂ ਨੇ ਜਦ ਪ੍ਰਮਾਤਮਾ ਦੀ ਰਜ਼ਾ ਨਾਲ ਹੋਵੇ। ਔਖਦ ਆਏ ਰਾਸ ਵਿੱਚ ਆਪ ਖਲੋਇਆ। ਜਿੰਨੇ ਚਿਰ ਤੱਕ ਪ੍ਰਮਾਤਮਾ ਆਪ ਵਿੱਚੇ ਨਾ ਖੜਾ ਹੋਵੇ, ਔਸ਼ਧੀਆਂ ਕੰਮ ਵੀ ਨਹੀਂ ਕਰਦੀਆਂ, ਦਵਾਈਆਂ ਕੰਮ ਨਹੀਂ ਕਰਦੀਆਂ।